ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਅੱਜ ਸੰਯੁਕਤ ਕਿਸਾਨ ਮੋਰਚਾ ਦੀ ਕਾਲ ਤੇ ਟਰੈਕਟਰ ਮਾਰਚ ਕੱਢੇ ਜਾ ਰਹੇ ਨੇ। ਤਸਵੀਰਾਂ ਤੁਸੀਂ ਵੇਖੋ ਕਿ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਟਰੈਕਟਰ ਮਾਰਚ ਕੱਢੇ ਜਾ ਰਹੇ ਨੇ ਤੇ ਉਹਨਾਂ ਵੱਲੋਂ ਟਰੈਕਟਰ ਮਾਰਚ ਕੱਢੇ ਜਾ ਰਹੇ ਨੇ। ਮੁੱਲਾਪੁਰ ਦੀ ਇਹ ਤਸਵੀਰਾਂ ਨੇ ਜਿੱਥੇ ਇਹ ਟਰੈਕਟਰ ਮਾਰਚ ਕੱਢੇ ਜਾ ਰਹੇ ਨੇ। ਸਰ, ਅੱਜ SKM ਦੀ ਕਾਲ ਦੇ ਸਾਰੇ ਜ਼ਿਲ੍ਹਿਆਂ ਦੇ ਕਰੇ ਜਾ ਰਹੇ, ਇੱਥੇ ਦਾ ਕਿਸ ਤਰ੍ਹਾਂ ਦਾ ਰੂਟੀਨ ਜਿਹੜਾ ਤੁਸੀਂ ਬਣਾਇਆ? ਅੱਜ ਜਿਹੜਾ ਸੰਯੁਕਤ ਮੋਰਚੇ ਨੇ ਸਾਨੂੰ ਕੇਂਦਰ ਸਰਕਾਰ ਤੇ ਹਰਿਆਣਾ ਖੱਟਰ ਸਰਕਾਰ ਦੇ ਵਿਰੁੱਧ ਜੋ ਸਾਡੇ ਕਿਸਾਨਾਂ ਤੇ ਅਨਸਦਰ ਹੋ ਰਿਹਾ ਹਰਿਆਣੇ ਦੇ ਵਿੱਚ ਪੰਜਾਬ ਦੇ ਸੰਭੂ ਬਾਰਡਰ ਤੇ, ਉਹਦੇ ਸਬੰਧ ਦੇ ਵਿੱਚ ਇੱਕ ਰੋਸ ਰੈਲੀ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਭਾਜਪਾ ਸਰਕਾਰ ਦੇ ਵਿਰੁੱਧ ਕੱਢਣ ਵਾਸਤੇ ਕਿਹਾ ਸੀ। ਸੋ ਅੱਜ ਸਾਡਾ ਪੂਰਾ ਇਲਾਕਾ ਮੁੱਲਾ ਬਗਰੀਬ ਦਾਸ ਦਾ, ਲੋਕ ਹਿੱਤ ਮਿਸ਼ਨ ਦੀ ਪੂਰੀ ਟੀਮ, ਸਾਡਾ ਇੱਕੋ ਇੱਕ ਮਨੋਰਥ ਹੈ ਕੇਂਦਰ ਸਰਕਾਰ ਨੂੰ ਸੁਨੇਹਾ ਦੇਣਾ ਕਿ ਜਿਹੜਾ ਤੁਸੀਂ 2021 ਦੇ ਵਿੱਚ ਕਿਸਾਨਾਂ ਨਾਲ ਵਾਅਦੇ ਕੀਤੇ ਸੀ MSP ਦੇ ਗਰੰਟੀ ਕਾਨੂੰਨ ਬਣਾਉਣ ਵਾਸਤੇ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਸੀ, ਉਹ ਤੁਹਾਡੀ ਸਰਕਾਰ ਦਾ ਟਾਈਮ ਵੀ ਪੂਰਾ ਹੋ ਲਿਆ। ਤੁਸੀਂ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ। ਜਦੋਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ ਕਿ ਸੈਂਟਰ ਸਰਕਾਰ ਤੋਂ, ਮੋਦੀ ਸਰਕਾਰ ਤੋਂ ਪੁੱਛਿਆ ਜਾਵੇ, ਤੁਸੀਂ ਸਾਨੂੰ ਹਰਿਆਣੇ ਦੇ ਬਾਰਡਰਾਂ ਤੇ ਘੇਰ ਕੇ ਸਾਡੇ ਤੇ ਇੰਨਾ ਅਤਿਆਚਾਰ ਕੀਤਾ ਜਿਵੇਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਜੰਗ ਲੱਗੀ ਹੋਵੇ। ਜਿਹੜੇ ਤੁਸੀਂ ਇਹ ਕੰਡੇ ਬੀਜੇ ਨੇ ਕਿਸਾਨਾਂ ਨੂੰ ਬੋਰੀਆਂ ਦੇ ਵਿੱਚ ਬੰਦ ਕਰ ਕਰਕੇ ਉਹਨਾਂ ਨੂੰ ਕੁੱਟਿਆ ਗਿਆ, ਮਾਰਿਆ ਗਿਆ, ਕਈ ਕਿਸਾਨ ਨੌਜਵਾਨਾਂ ਦੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ, ਉਹ ਜਿਹੜੇ ਤੁਸੀਂ ਸਾਡੇ ਤਸੱਦਰ ਕੀਤਾ ਕਿਸਾਨ ਮਾਰੇ ਨੇ, ਉਹਨਾਂ ਦਾ ਫਲ ਤੁਹਾਨੂੰ ਭੁਗਤਣਾ ਪਵੇਗਾ ਜੋ ਤੁਸੀਂ ਕੰਡੇ ਬੀਜੇ ਨੇ। ਇਹ ਭਾਜਪਾ ਸਰਕਾਰ ਨੂੰ ਆਉਣ ਵਾਲੇ ਇਲੈਕਸ਼ਨਾਂ ਵਿੱਚ ਉਹਨਾਂ ਦੇ ਲੀਡਰਾਂ ਨੂੰ ਸਾਡੇ ਪਿੰਡਾਂ ਦੇ ਵਿੱਚ ਲੋਕ ਵੜਨ ਨਹੀਂ ਦੇਣਗੇ, ਕੰਡੇ ਚੁਗਣੇ ਪੈਣਗੇ ਤੁਹਾਨੂੰ ਇਹ ਸਾਰੇ। ਬਿਲਕੁਲ, ਜਿਹੜਾ ਰੋਸ਼ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਿਹਾ ਤੇ ਟਰੈਕਟਰ ਟਰਾਲੀਜ਼ ਤੇ ਰੈਲੀ ਕੱਢੀ ਜਾ ਰਹੀ ਹੈ। ਵੱਖ ਵੱਖ ਜ਼ਿਲ੍ਹਿਆਂ ਦੀ ਇਹ ਤਸਵੀਰਾਂ ਨੇ, ਇਹ ਮੁੱਲਾਪੁਰ ਦੀ ਤਸਵੀਰ ਨੇ, ਨਿਊ ਚੰਡੀਗੜ੍ਹ, ਚੰਡੀਗੜ੍ਹ ਦੇ ਬਿਲਕੁਲ ਨਾਲ ਲੱਗਦਾ ਪੰਜਾਬ ਦਾ ਏਰੀਆ ਜਿੱਥੇ ਇਹ ਟਰੈਕਟਰ ਮਾਰਚ ਕੱਢਿਆ ਗਿਆ ਔਰ ਕਾਫੀ ਸੰਖਿਆ ਦੇ ਵਿੱਚ, ਸੈਂਕੜਾ ਦੇ ਸੰਖਿਆ ਦੇ ਵਿੱਚ ਕਿਸਾਨ ਟਰੈਕਟਰ ਟਰਾਲੀਜ਼ ਲੈ ਕੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਟਰੈਕਟਰ ਮਾਰਚ ਕੱਢ ਰਹੇ ਨੇ। ਹਾਲਾਂਕਿ ਅੱਜ ਦੀ ਕਾਲ ਸੀ 26 ਫਰਵਰੀ ਦੀ ਕਾਲ ਸੀ, ਜਿਸ ਨੂੰ ਲੈ ਕੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ ਵੱਖ ਪਿੰਡਾਂ ਦੇ ਵਿੱਚ ਇਹ ਟਰੈਕਟਰ ਟਰਾਲੀਜ਼ ਤੇ ਰੋਸ ਮਾਰਚ ਕੱਢਿਆ ਜਾ ਰਿਹਾ। ਕਾਲੇ ਝੰਡੇ ਲਾ ਕੇ ਗੱਡੀਆਂ ਦੇ ਵਿੱਚ, ਟਰੈਕਟਰਾਂ ਦੇ ਵਿੱਚ ਇਹ ਰੋਸ ਕੱਢਿਆ ਜਾ ਰਿਹਾ ਤੇ ਪਿੰਡਾਂ ਦੇ ਲੋਕ ਇਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਵੀ ਲੈਂਦੇ ਨਜ਼ਰ ਆ ਰਹੇ ਨੇ। ਤਸਵੀਰਾਂ ਚੰਡੀਗੜ੍ਹ ਦੇ ਬਿਲਕੁਲ ਨਾਲ ਲੱਗਦੇ ਮੁੱਲਾਪੁਰ ਦੀ ਹੈ, ਨਿਊ ਚੰਡੀਗੜ੍ਹ ਦੀ ਹੈ, ਜਿੱਥੇ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਔਰ ਕਾਫੀ ਸੰਖਿਆ ਦੇ ਵਿੱਚ ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ। ਅੱਜ ਸਵੇਰ ਤੋਂ ਹੀ ਇੱਕ ਰੂਟ ਪਲਾਨ ਤਿਆਰ ਕੀਤਾ ਗਿਆ ਇਹਨਾਂ ਵੱਲੋਂ, ਜਿਹਦੇ ਵਿੱਚ ਟਰੈਕਟਰ ਟਰਾਲੀਆਂ ਤੇ ਆਪਣੀ ਆਪਣੀ ਟਰੈਕਟਰ ਟਰਾਲੀਆਂ ਲੈ ਕੇ ਜਿੰਨੇ ਵੀ ਪਿੰਡਾਂ ਦੇ ਲੋਕ ਨੇ, ਨੌਜਵਾਨ ਨੇ, ਬਜ਼ੁਰਗ ਨੇ, ਉਹ ਗੱਡੀਆਂ ਤੇ ਟਰੈਕਟਰਸ ਤੇ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ। ਯਾਨੀ ਕਿ ਆਪਣਾ ਇੱਕ ਗੁੱਸਾ, ਆਪਣਾ ਇੱਕ ਰੋਸ ਟਰੈਕਟਰ ਟਰਾਲੀਆਂ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ, ਹਾਲਾਂਕਿ ਪਹਿਲਾਂ ਇਹ ਗੱਲ ਹੋਈ ਸੀ ਕਿ ਬਾਹਰ ਹਾਈਵੇਜ਼ ਤੇ ਰੋਡ ਤੇ ਕਰਨਾ, ਲੇਕਿਨ ਹੁਣ ਇੱਕ ਮੀਟਿੰਗ ਤੋਂ ਬਾਅਦ ਇਹ ਤੈਅ ਕੀਤਾ ਗਿਆ ਕਿ ਵੱਖ ਵੱਖ ਪਿੰਡਾਂ ਦੇ ਵਿੱਚ ਅਸੀਂ ਜਾਣਾ, ਪਿੰਡਾਂ ਦੇ ਵਿੱਚ ਜਾ ਕੇ ਅਸੀਂ ਲੋਕਾਂ ਨੂੰ ਮਿਲਣਾ ਹੈ, ਲੋਕਾਂ ਨੂੰ ਨਾਲ ਲੈ ਕੇ ਅਸੀਂ ਸਾਰਿਆਂ ਨੇ ਰੋਸ ਮਾਰਚ ਕਰਨਾ। ਇਹ ਰੋਸ ਮਾਰਚ ਦੀ ਤਸਵੀਰਾਂ ਨੇ ਮੁੱਲਾਪੁਰ ਦੇ ਏਰੀਆ ਦੀ, ਜਿੱਥੇ ਜਿੰਨਾ ਵੀ ਪੂਰਾ ਮੁੱਲਾਪੁਰ ਦੇ ਜਿੰਨੇ ਪਿੰਡ ਹੈ, ਮੁੱਲਾਪੁਰ, ਗਰੀਬਦਾਸ, ਨਿਊ ਚੰਡੀਗੜ੍ਹ, ਸਿਸਵਾਂ, ਇਹ ਕੁਰਾਲੀ ਸਾਈਡ, ਇਹ ਸਾਰੇ ਥਾਂ ਤੇ ਇਹ ਪੂਰਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਔਰ ਕਾਫੀ ਸੰਖਿਆ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇੱਥੇ ਟਰੈਕਟਰ ਟਰਾਲੀ
ਟਰੈਕਟਰਸ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ। ਕਾਲੇ ਝੰਡੇ ਆਪਣੇ ਟਰੈਕਟਰਾਂ ਤੇ ਲਾ ਕੇ ਪੂਰਾ ਇਹ ਰੋਸ ਕਰਦੇ ਨਜ਼ਰ ਆ ਰਹੇ ਨੇ। ਤਸਵੀਰਾਂ ਨੇ ਚੰਡੀਗੜ੍ਹ ਦੇ ਬਿਲਕੁਲ ਨਾਲ ਲੱਗਦੇ ਮੁੱਲਾਪੁਰ ਦੇ ਪਿੰਡਾਂ ਦੀ, ਜਿੱਥੇ ਅੰਦਰ ਪਿੰਡਾਂ ਦੇ ਜਾ ਕੇ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ। ਹਾਲਾਂਕਿ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਜਿਸ ਤਰ੍ਹਾਂ ਕਿਸਾਨਾਂ ਨੂੰ ਲੈ ਕੇ ਲਗਾਤਾਰ ਅੰਦੋਲਨ ਚੱਲ ਰਿਹਾ, ਹਾਲਾਂਕਿ ਹਜੇ ਕੋਈ ਮੀਟਿੰਗ ਵਗੈਰਾ ਨਹੀਂ ਸੱਦੀ ਗਈ ਹੈ, ਲੇਕਿਨ ਉਸ ਤੋਂ ਇਲਾਵਾ ਐਸਕੇਐਮ ਦੀ ਕਾਲ, ਜਿਹੜੀ ਐਸਕੇਐਮ ਦੀ ਮੀਟਿੰਗ ਹੋਈ ਸੀ, ਉਸ ਤੋਂ ਬਾਅਦ ਇਹ ਫੈਸਲਾ ਲਿੱਤਾ ਗਿਆ ਸੀਗਾ ਕਿ ਪਹਿਲਾਂ ਟੋਲ ਪਲਾਜ਼ਾ ਤੇ ਧਰਨਾ ਦੇਣਾ ਹੈ, ਫਿਰ ਅੱਜ ਦਾ ਜਿਹੜਾ ਪਲਾਨ ਸੀਗਾ ਕਿ ਟਰੈਕਟਰ ਟਰਾਲੀ ਪਿੰਡਾਂ ਪਿੰਡਾਂ ਦੇ ਵਿੱਚ ਲੈ ਜਾ ਕੇ ਇਹ ਪ੍ਰਦਰਸ਼ਨ ਕਰਨਾ ਤੇ ਤਸਵੀਰਾਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੀ ਏ ਜਿੱਥੇ ਰੋਸ ਮਾਰਚ ਕਰਦੇ ਨਜ਼ਰ ਆ ਰਹੇ ਨੇ, ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ। ਹਾਲਾਂਕਿ ਪੁਲਿਸ ਵੀ ਲਾਅ ਐਂਡ ਆਰਡਰ ਨੂੰ ਵੇਖਦੇ ਹੋਏ ਸਾਰੇ ਇੰਤਜ਼ਾਮ ਕੀਤੇ ਹੋਏ ਨੇ, ਇੱਕ ਸਾਈਡ ਤੋਂ ਜਾਂਦੇ ਹੋਏ। ਹਾਲਾਂਕਿ ਕਿਸੇ ਤਰ੍ਹਾਂ ਦਾ ਕੋਈ ਰੋਡ ਬਲੋਕ ਨਹੀਂ ਕੀਤਾ ਗਿਆ, ਇਹਨਾਂ ਵੱਲੋਂ ਸਾਫ਼ ਤੌਰ ਤੇ ਪਹਿਲਾਂ ਹੀ ਕਿਹਾ ਗਿਆ ਸੀਗਾ ਕਿ ਰੋਡ ਬਲੋਕ ਨਹੀਂ ਕੀਤਾ ਜਾਏਗਾ, ਸਿਰਫ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਅਸੀਂ ਸੁਨੇਹਾ ਦੇਣਾ, ਲੋਕਾਂ ਨੂੰ ਅਸੀਂ ਨਾਲ ਜੋੜਨਾ ਕਿਸਾਨੀ ਅੰਦੋਲਨ ਨੂੰ ਵੇਖਦੇ ਹੋਏ। ਤਾਂ ਕਹਿ ਸਕਦੇ ਹਾਂ ਕਿ ਲਗਾਤਾਰ ਰੋਸ ਪ੍ਰਦਰਸ਼ਨ ਕਿਸਾਨੀ ਅੰਦੋਲਨ ਨੂੰ ਲੈ ਕੇ ਐਸਕੇਐਮ ਨੇ ਜਿਹੜੀ ਕਾਲ ਦਿੱਤੀ ਸੀ ਉਹਦੇ ਵਿੱਚ ਦੇਖਣ ਨੂੰ ਮਿਲ ਰਿਹਾ। ਮੁੱਲਾਪੁਰ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।